बेटा आपका डिफरेंशियल इक्वेशंस एक्सरसाइज 9.5 दे अपने दो क्वेश्चन है कि सी 16 ਤੇ 17 ਆਪਾਂ 17 ਨੰਬਰ ਕਰਨ ਹੁਣ ਇਹ ਤੁਹਾਨੂੰ ਦੇਖਣ ਚ ਲੱਗ ਰਿਹਾ ਕਿ ਕਿੰਨੀ ਲੰਬੀ ਸਟੇਟਮੈਂਟ ਹੈ ਪਰ ਜਦੋਂ ਆਪਾਂ ਕਰਾਂਗੇ ਬਹੁਤ ਹੀ ਸੌਖਾ ਸਵਾਲ ਫਾਈਂਡ ਇਕੁਏਸ਼ਨ ਆਫ ਕਰਵ ਪਾਸਿੰਗ ਥਰੂ ਪੁਆਇੰਟ ਪਹਿਲਾਂ ਕੁਝ ਗੱਲਾਂ ਯਾਦ ਰੱਖੋ ਆ ਇੱਕ ਸ਼ਬਦ ਹੈ ਇੱਥੇ ਆਹ ਕੀ ਸ਼ਬਦ ਹੈ ਸਲੋਪ ਕਿਹਨੂੰ ਕਹਿੰਦੇ ਆ ਠੀਕ ਹੈ ਤਲਾਨ ਪਰ ਮੈਥ ਵਿੱਚ ਸਲੋਪ ਦਾ ਮਤਲਬ ਸਲੋਪ ਦਾ ਮਤਲਬ ਡੀ ਵਾਈ ਬਾਈ ਠੀਕ ਹੈ ਸਮਝ ਲੱਗ ਗਈ ਹੁਣ ਕਹਿੰਦਾ ਇੱਕ ਇਕੁਏਸ਼ਨ ਪਤਾ ਕਰਨੀ ਹੈ ਇੱਕ ਲਾਈਨ ਪਤਾ ਕਰਨੀ ਹੈ ਉਹ ਲਾਈਨ ਕਿਹੜੇ ਪੁਆਇੰਟ ਚੋਂ ਨਿਕਲਦੀ ਹੈ ਜੀਰੋ ਤੇ ਦੋ ਜੀਰੋ ਤੇ ਦੋ ਇਹ ਜੀਰੋ ਤੇ ਦੋ ਚੋਂ ਐਕਸ ਕਿਹੜਾ ਹੈ ਵਾਈ ਐਕਸ ਜੀਰੋ ਵਾਈ ਪਹਿਲੀ ਰਕਮ ਐਕਸ ਦੀ ਦੂਜੀ ਰਕਮ ਵਾਈ ਇਹਨਾਂ ਪਤਾ ਚੱਲ ਗਿਆ ਗਿਵਨ ਦੈਟ ਹੁਣ ਕੀ ਕਿਹਾ ਗਿਆ ਹੁਣ ਇਹ ਪੁਆਇੰਟ ਦਿੱਤਾ ਹੈ ਪੁਆਇੰਟ ਦਾ ਮਤਲਬ ਇਹ ਹੈ ਕਿ ਜਦੋਂ ਆਪਣਾ ਬਾਅਦ ਚੋਂ ਸਾਰਾ ਸਵਾਲ ਆ ਜਾਊਗਾ ਉਸ ਤੋਂ ਬਾਅਦ ਆਪਾਂ ਐਕਸ ਤੇ ਵਾਈ ਦੀ ਵੈਲਿਊ ਭਰ ਕੇ ਸੀ ਦੀ ਮੁੱਲ ਕੱਢਾਂਗੇ ਇਹ ਬਾਅਦ ਦਾ ਕੰਮ ਹੈ ਜਿਹੜੀ ਹੁਣ ਇਕੁਏਸ਼ਨ ਦਿੱਤੀ ਹੈ ਉਹ ਦੇਖਾਂਗੇ ਸਮ ਆਫ ਕੋਆਰਡੀਨੇਟਸ ਆਫ ਐਨੀ ਪੁਆਇੰਟ ਕੋਈ ਵੀ ਪੁਆਇੰਟ ਕਿਹੜਾ ਲੱਗਦਾ ਲੈਟ ਪੀ ਬੀ ਐਨੀ ਪੁਆਇੰਟ ਕਿਹੜਾ ਹੋਊਗਾ ਐਕਸ ਕੋਮਾ ਹਮੇਸ਼ਾ ਆਪਾਂ ਕੋਈ ਵੀ ਪੁਆਇੰਟ ਕੋਆਰਡੀਨੇਟਸ ਕਿੱਦਾਂ ਦੇ ਲੈਂਦੇ ਹਾਂ ਐਕਸ ਕੋਮਾ ਕਹਿੰਦਾ ਫੋਰਸ ਪੁਆਇੰਟ ਦੇ ਕੋਆਰਡੀਨੇਟਸ ਉਹਦਾ ਕੀ ਲੈਣਾ ਸਮ ਮਤਲਬ ਐਕਸ ਵਾਈ ਦਾ ਕੀ ਲੈਣਾ ਜੋ ਯਾਨੀ ਕਿ ਐਕਸ ਪਲੱਸ ਔਨ ਦਾ ਕਰ ਐਕਸੀਡਸ ਐਕਸੀਡਸ ਦਾ ਮਤਲਬ ਵੱਧ ਜਾਣਾ ਮੈਗਨੀਟਿਊਡ ਆਫ ਸਲੋਪ ਮਤਲਬ ਸਲੋਪ ਦੇ ਮੁੱਲ ਨਾਲੋਂ ਕਿੰਨਾ ਵੱਧ ਗਿਆ ਪੰਜ ਯਾਨੀ ਕਿ ਕਹਿੰਦਾ ਜਿਹੜੇ ਪੁਆਇੰਟ ਦੇ ਕੋਆਰਡੀਨੇਟਸ ਹੈ ਉਹਨਾਂ ਦਾ ਜੋੜ ਕਰਕੇ ਜਿਹੜਾ ਜਵਾਬ ਆਇਆ ਉਹ ਸਲੋਪ ਦੇ ਜੋ ਮੁੱਲ ਨਾਲੋਂ ਕਿੰਨਾ ਵਧਿਆ ਪੰਜ ਯਾਨੀ ਕਿ ਹੁਣ ਇੱਕ ਗੱਲ ਦੇਖੋ ਮੇਰੇ ਦੋ ਹੱਥ ਹੈ ਇੱਧਰ 10 ਕਿਲੋ ਹੈ ਤੇ ਇੱਧਰ 15 ਕਿਲੋ ਹੈ ਤੇ ਜੇ ਹੁਣ ਇਹ ਜੇ ਆਹ 10 ਕਿਲੋ ਵਾਲਾ ਥੱਲੇ ਹੋਊਗਾ 15 ਕਿਲੋ ਵਾਲਾ ਉੱਪਰ ਹੋਊਗਾ ਨਾ ਜੇ ਮੈਂ ਦੋ ਨੂੰ ਬਰਾਬਰ ਕਰਨਾ ਚਾਹੁੰਦੇ ਤਾਂ ਮੈਨੂੰ ਕੀ ਕਰਨਾ ਪਊਗਾ ਢਾਈ ਇੱਧਰੋਂ ਘੱਟ ਗਈ ਤੇ ਪੰਜ ਇੱਧਰ 10 ਸੀ ਇੱਧਰ 15 ਸੀ ਜਿਹੜਾ 5 ਕਿਲੋ ਹੈ ਉਹ ਇੱਧਰ ਹੋਰ ਪਾਉਣਾ ਪਊਗਾ ਤਾਂ ਹੀ ਦੋਵੇਂ ਬਰਾਬਰ ਹੋਣਗੇ ਜਦੋਂ ਦੋਵੇਂ 15-15 ਹੋ ਗਏ ਦੋਵੇਂ ਬਰਾਬਰ ਜਾਂ ਫਿਰ ਇੱਕ ਤਰੀਕੇ ਇੱਧਰੋਂ 2.5 ਕੱਢੋ 2.5 ਇੱਧਰ ਚ ਪਾ ਦਿਓ ਤਾਂ ਦੋਵੇਂ 12.5-12.5 ਹੋ ਜਾਣਗੇ ਹਨਾ ਪਰ ਆਪਾਂ ਇੱਥੇ ਕੀ ਕਰਨਾ ਹੁਣ ਉਹ ਕਹਿੰਦਾ ਇੱਕ ਪੱਲੜਾ ਆਹ ਇਹ ਸਲੋਪ ਨਾਲੋਂ ਕਿੰਨਾ ਵੱਧ ਹੈ 5 ਵੱਧ ਯਾਨੀ ਕਿ ਆਹ ਪੱਲੜਾ ਭਾਰੀ ਹੈ ਤੇ ਡੀ ਵਾਈ ਬਾਈ ਡੀ ਐਕਸ ਵਾਲਾ ਪੱਲੜਾ ਹਲਕਾ ਹੈ ਹੁਣ ਮੈਂ ਜੇ ਇਹ ਦੋਵਾਂ ਨੂੰ ਬਰਾਬਰ ਕਰਨਾ ਚਾਹੁੰਦੀ ਹਾਂ ਤਾਂ ਇਹਦੇ ਵਿੱਚ ਮੈਨੂੰ ਹੋਰ ਕਿੰਨਾ ਜੋੜਨਾ ਪਊਗਾ 5 ਤਾਂ ਹੀ ਦੋਵੇਂ ਬਰਾਬਰ ਹੋਣਗੇ ਤਾਂ ਮੈਂ 5 ਜੋੜਦਾ ਦੋਵੇਂ ਤਾਂ ਹੀ ਵਿੱਚ ਕੀ ਕਰਦਾ ਹੁਣ ਇਕੁਏਸ਼ਨ ਬਣ ਗਈ ਇਕੁਏਸ਼ਨ ਦੀ ਸ਼ਕਲ ਆਪਾਂ ਕਿੱਦਾਂ ਦੀ ਬਣਾਉਣੀ ਹੁੰਦੀ ਹੈ ਡੀ ਵਾਈ ਬਾਈ ਡੀ ਐਕਸ ਪਲੱਸ ਪੀ ਵਾਈ ਬਰਾਬਰ ਕਿਉਂ ਬਣਾ ਯਾਨੀ ਕਿ ਡੀ ਵਾਈ ਬਾਈ ਡੀ ਐਕਸ ਠੀਕ ਹੈ ਜੀ ਪੀ ਵਾਈ ਮਤਲਬ ਆਹ ਦੀ ਵਾਈ ਦੀ ਸ਼ਕਲ ਇਹਨੂੰ ਮੈਂ ਇੱਧਰ ਲੈ ਕੇ ਆਉਂਗੀ ਕੀ ਬਦਲੂੰਗੀ ਚਿੰਨ ਹੁਣ ਐਕਸ ਨੂੰ ਕਿੱਧਰ ਲੈ ਕੇ ਜਾਊਂਗੀ ਪਲੱਸ ਜਾਂ ਐਂ ਕਰ ਲਓ ਵਾਈ ਨੂੰ ਮੈਂ ਇੱਧਰ ਲੈ ਕੇ ਆਈ ਹਾਂ ਤੇ 5 ਨੂੰ ਇੱਧਰ ਲੈ ਕੇ ਆਉਂਗੀ ਠੀਕ ਹੈ
ठीक है जी, वाई माइनस एक्स माइनस क्या हो गई? देखो मैं ना उल्ट की आ चीज लिखती पहला तां तो उल्ट लिखा पै गया, मैं वाई नु इधर लेके गई हूं तो एक्स बराबर डी वाई बाय डी एक्स माइनस वाई प्लस पांच सी ना। हाँ जी, हूं पांच नु इधर लेके आई ठीक है ना, हूं मैं उल्टी च मैं आया शक्ल पहला डी वाई बाय डी एक्स लिखा सोना लाग रहा करके मैं शक्ल आया ठीक है। हूं इनके च पी दा मूल कितना हो गया? एक माइनस एक। याद रखना प्रोजेक्ट ते तुसी ऐ कर लो जे तुहानू भुलेखा लग गई। ਹੁਣ ਬਿਲਕੁਲ ਸੇਮ ਟੂ ਸੇਮ ਸ਼ਕਲ ਬਣ ਗਈ, p ਦਾ ਮੁੱਲ ਮਾਈਨਸ 1 ਕਿਆ ਹੋਗਾ ਮੁੱਲ? ਮਾਈਨਸ 5 x ਮਾਈਨਸ 5 x ਮਾਈਨਸ 5 ਇੰਟੀਗ੍ਰੇਟਿੰਗ ਫੈਕਟਰ ਨੂੰ e ਹੁੰਦੇ ਇੰਟੀਗ੍ਰਲ ਕਿੰਨਾ ਹੋਗਾ? p dx। ਵੈਰੀ ਗੁੱਡ, p dx ਹੁਣ ਇੱਥੇ x x। ਅੱਛਾ ਅੱਗੇ ਭਗਤ p ਦਾ ਮੁੱਲ ਕਿੰਨਾ ਹੈ? p ਦਾ ਮਾਈਨਸ 1 ਮਾਈਨਸ 1 dx। ਅੱਗੇ ਬੇਟਾ dx ਦਾ ਇੰਟੀਗ੍ਰਲ x इंटीग्रेटिंग फैक्टर आ गया। सॉल्यूशन सॉल्यूशन इज y में इंटीग्रेटिंग फैक्टर e माइनस x इंटीग्रल p कितना और क्या हो गया? क्या हुई x माइनस 5 है dx प्लस होना लगला करना ये एवं कर लो। फर्स्ट फंक्शन इनु मान लो, सेकंड फंक्शन फर्स्ट फंक्शन एज इट इज इंटीग्रेशन ऑफ सेकंड। मैम ਫਸਟ ਸੈਂਗਲਿੰਗ ਕਿਵੇਂ ਮੰਨੀ ਦੇ? ਫਸਟ ਫੰਕਸ਼ਨ ਉਹਨੂੰ ਮੰਨੀ ਦੇ ਜਿੰਦਾ ਜਿਹਨੇ ਖਤਮ ਹੋ ਜਾਣਾ, ਕਿਉਂਕਿ ਜਦ ਪਦੋ ਆਪਾਂ ਦਾ ਡੈਰੀਵੇਟਿਵ ਲਵਾਂਗੇ 1 ਆ ਜਾਊਗਾ ਫਿਰ ਉਹ ਖਤਮ ਹੋ ਜਾਂਦਾ। ਬਾਕੀ 5 ਇੱਥੇ 0 ਆ ਗਿਆ x ਦਾ 1 ਆ ਗਿਆ। ਹਾਂ ਤੇ ਇਹਨੇ ਖਤਮ ਹੋ ਜਾਣਾ ਇਸ ਕਰਕੇ ਨੂੰ ਲੈ ਲੈ ਇਹਨੇ ਨੇ ਕਦੀ ਖਤਮ ਨਹੀਂ ਹੋਣਾ, ਇਸ ਕਰਕੇ ਜਿਹੜਾ ਕਦੀ ਖਤਮ ਨਹੀਂ ਹੁੰਦਾ ਉਹਨੂੰ ਇੰਟੀਗ੍ਰਲ ਚ ਲੈ। ਠੀਕ ਹੈ, ਹੁਣ ਮਾਈਨਸ ਡੈਰੀਵੇਟਿਵ ਆਫ ਫਸਟ x ਦਾ ਡੈਰੀਵੇਟਿਵ 1 5 ਦਾ ਡੈਰੀਵੇਟਿਵ 0 ਯਾਨੀ ਕਿ ਆਪਣੇ ਕੋਲ ਇੱਥੇ 1 ਇਨ ਦਾ ਇੰਟੀਗ੍ਰਲ e ਦੀ ਮਾਈਨਸ x / ਮਾਈਨਸ 1 dx + c। ਠੀਕ ਹੈ ਜੀ, ਆ ਮਾਈਨਸ ਉੱਪਰ ਲਿਖ ਲਿਓ ਮਾਈਨਸ x ਮਾਈਨਸ 5 e ਦੀ ਮਾਈਨਸ x ਮਾਈਨਸ ਮਾਈਨਸ + e ਦੀ ਮਾਈਨਸ x ਇੰਟੀਗ੍ਰਲ ਫੇਰ ਆ ਗਿਆ ਹੋਗਾ। ਆ ਗਿਆ ਜੀ, ਹੁਣ e ਦੀ ਮਾਈਨਸ x ਨੂੰ ਸਾਰਿਆਂ ਚ ਕਾਮਨ ਕੱਢ ਦਈਏ, ਇਹ ਵੀ ਕੱਟੇ ਰਹੂਗਾ ਇੱਥੋਂ ਵੀ ਇੱਥੋਂ ਵੀ, ਇੱਥੇ ਆ ਜਾਊਗਾ e ਦੀ ਮਾਈਨਸ x ਐਵੇਂ ਆਊਗਾ। ਹੁਣ ਇਹ ਜਦੋਂ ਆਪਾਂ ਉੱਪਰ ਲੈ ਕੇ ਆਵਾਂਗੇ ਤਾਂ ਪਾਵਰ ਦਾ ਸਾਈਨ ਬਦਲ ਜਾਊਗਾ, ਮਾਈਨਸ ਦਾ ਮਤਲਬ ਕੀ ਬਣ ਜਾਊਗਾ? ਪਲੱਸ, ਯਾਨੀ ਕਿ e ਦੀ x ਡਿਵਾਈਡ ਬਾਏ e ਦੇ ਮਾਈਨਸ x ਯਾਨੀ ਕਿ y ਮਾਈਨਸ x ਮਾਈਨਸ 5 ਆ ਮਾਈਨਸ 1 ਤੇ ਪਲੱਸ c e ਦੀ। ਠੀਕ ਹੈ ਜੀ, ਹੁਣ ਆਪਾਂ ਪੁਆਇੰਟ ਲਈ x ਨੂੰ ਕਿੰਨਾ ਭਰਨਾ? 0 y ਨੂੰ 2 ਇੱਥੇ 2 ਭਰਿਆ x 0 ਖਤਮ ਮਾਈਨਸ ਮਾਈਨਸ ਪਲੱਸ ਪਲੱਸ 5 ਆ ਗਿਆ ਮਾਈਨਸ 1 x ਦੀ 0 e ਦੀ 0 1 5 ਮਾਈਨਸ 1 ਕਿੰਨਾ ਹੋ ਗਿਆ? ਇਹ 4 2 ਬਰਾਬਰ 5 ਮਾਈਨਸ 1 ਯਾਨੀ ਕਿ 2 ਬਰਾਬਰ 5 ਮਾਈਨਸ ਸੀ ਕਿੰਨਾ ਹੋ ਗਿਆ? 4 ਪਲੱਸ ਸੀ 4 ਇੱਧਰ ਗਿਆ, ਸੀ ਦਾ ਮੁੱਲ ਕਿੰਨਾ ਆ ਗਿਆ? ਮਾਈਨਸ 2। ਇੱਥੇ ਸੀ ਦਾ ਮੁੱਲ ਭਰਨ ਲੱਗਾ y ਸੋਲੂਸ਼ਨ ਕਿੰਨਾ ਆ ਗਿਆ? y ਬਰਾਬਰ ਮਾਈਨਸ x ਮਾਈਨਸ 5 ਪਲੱਸ ਮਾਈਨਸ 1 ਪਲੱਸ ਮਾਈਨਸ 2 e ਦੀ ਪਾਵਰ x। ਠੀਕ ਹੈ ਜੀ।